ਉਹਦੀ ਵਾਈਫ ਕਹਿੰਦੀ ਮੈਂ ਤੁਹਾਨੂੰ ਸੁਜੈਸ਼ਨ ਦਿੰਦੀ ਹਾਂ ਤੁਸੀਂ ਨਾ ਕਿਸੇ ਮੈਡੀਕਲ ਸਪੈਸ਼ਲਿਸਟ ਨੂੰ ਵਿਖਾਓ ਮੈਂ ਬਹੁਤ ਸਿਆਣੀ ਗੱਲ ਕੀਤੀ ਮੈਨੂੰ ਲੱਭ ਲਿਆ ਕਹਿੰਦੇ ਮੈਡਮ ਤਿਆਰ ਹੋ ਜਾਓ ਅਤੇ ਡਾਕਟਰ ਕੋਲ ਰਸ਼ ਬੜਾ ਹੁੰਦਾ ਟੋਕਨ ਸਿਸਟਮ ਅਤੇ ਕਹਿੰਦੀ ਸੁਜੈਸ਼ਨ ਮੇਰਾ ਹੋਰ ਹੈ ਆਪਣੀ ਜਿੰਨੀਆਂ ਮੈਡੀਕਲ ਰਿਪੋਰਟਸ ਨੇ ਉਹਦੀ ਫਾਈਲ ਨਾਲ ਲੈ ਗਏ ਡਾਕਟਰ ਨੇ ਸਾਰੇ ਟੈਸਟ ਦੁਆਰਾ ਕਰਾ ਲਏ ਕਹਿੰਦੇ ਲੱਖ ਰੁਪਏ ਦੀ ਗੱਲ ਕੀਤੀ ਕਿੰਨਾ ਖਰਚਾ ਬਚਾ ਇਹ ਹਸਬੈਂਡ ਵਾਈਫ ਹੁੰਦੇ ਨੇ ਪੂਰੇ ਹੁੰਦੇ ਕਿਸੇ ਕੋਈ ਗੱਲ ਕਿਸੇ ਦਿਮਾਗ ਚ ਆਉਂਦੀ ਕਿਸੇ ਦਿਮਾਗ ਚ ਆਉਂਦੀ ਅਤੇ ਡਾਕਟਰ ਕੋਲ ਪਹੁੰਚ ਗਏ ਰਸ਼ ਬੜਾ ਸੀ ਅਤੇ ਆਵਾਜ਼ ਪੈ ਗਈ ਪ੍ਰਣਾਮ ਸਿੰਘ ਦੋਨੋਂ ਖੜੇ ਹੋ ਗਏ ਕੰਪਿਊਟਰ ਕਹਿੰਦਾ ਮੈਡਮ ਡਾਕਟਰ ਵੱਲੋਂ ਸਖਤੀ ਹੈ ਪੇਸ਼ੈਂਟ ਅੰਦਰ ਜਾ ਸਕਦਾ ਅਟੈਂਡੈਂਟ ਨਹੀਂ ਕਹਿੰਦੀ ਅਟੈਂਡੈਂਟ ਦੀ ਵਾਈਫ ਹੈ ਕਹਿੰਦਾ ਅਸੀਂ ਤੁਹਾਡਾ ਕਸੂਰ ਦੀ ਵਾਈਫ ਤੁਸੀਂ ਤੁਸੀਂ ਕਹਿਣਾ ਇਹ ਖਾਂਦੇ ਕੁਝ ਨਹੀਂ ਇਹ ਸੁਣਦੇ ਨਹੀਂ ਆਇਆ ਮੇਰੇ ਅੱਗੋਂ ਬੋਲਦੇ ਨੇ ਕਹਿੰਦਾ ਭੈਣ ਜੀ ਮੈਂ ਕਰਨਾ ਸਰੀਰ ਦਾ ਇਲਾਜ ਸੁਭਾਅ ਦਾ ਨਹੀਂ ਫਾਲਤੂ ਗਾ ਨਹੀਂ ਕਰਨੀ ਬਾਹਰ ਉਹਦੀ ਚੱਲ ਬਹਿ ਗਈ ਉੱਥੇ ਕਹਿੰਦਾ ਲਿਆਓ ਜੀ ਫਟਾਫਟ ਦੀਆਂ ਰਿਪੋਰਟਾਂ ਵਿਖਾਓ ਕਿਉਂਕਿ ਪੇਸ਼ੈਂਟ ਬਹੁਤ ਹੈਗੇ ਅਤੇ ਚੈੱਕ ਕਰਨੀਆਂ ਲੰਮੇ ਪੈ ਜਾਓ ਲੰਮਾ ਲੰਮਾ ਸਾਂਸ ਲਓ ਲੰਮਾ ਲੰਮਾ ਸਾਂਸ ਲਓ ਪੀਟ ਕਰੋ ਲੰਮਾ ਲੰਮਾ ਸਾਂਸ ਚੇਅਰ ਤੇ ਬਹਿ ਜਾਓ ਕਹਿੰਦਾ ਡਾਕਟਰ ਸਾਹਿਬ ਮੈਨੂੰ ਡਰ ਪੈ ਗਿਆ ਮੈਨੂੰ ਕਿਸੇ ਕੈਂਸਰ ਦਾ ਨਹੀਂ ਹੈਗਾ ਮੈਂ ਠੀਕ ਨਹੀਂ ਹੈਗਾ ਨਾ ਜੀ ਨਾ ਜ਼ਰੂਰ ਕੈਂਸਰ ਹੈ ਤੁਸੀਂ ਕਰੋ ਪਰ ਜੋ ਮਾਰੀ ਹੈ ਦੱਸਾਂਗੇ ਜ਼ਰੂਰ ਸਰਦਾਰ ਜੀ ਤੁਹਾਨੂੰ ਕਿਹੋ ਜਿਹੀ ਮਾਰੀ ਚੰਬੜ ਗਈ ਹੈ ਜਿਹੜੀ ਹੌਲੀ ਹੌਲੀ ਤੁਹਾਨੂੰ ਅੰਦਰ ਦੀ ਖਾਈ ਜਾ ਰਹੀ ਕਹਿੰਦਾ ਹੌਲੀ ਬੋਲੋ ਬਾਹਰ ਹੀ ਬੈਠੇ ਇੱਕ ਹਰਿਆਣਵੀ ਕਵੀ ਹੈਗਾ ਸੁਰਿੰਦਰ ਸ਼ਰਮਾ ਉਹ ਕਹਿੰਦਾ ਤੇਰੀ ਜਾਟ ਤੇਰੀ ਜਾਟਣੀ ਬਹੁਤ ਸੀਰੀਅਸ ਹੈ 500 ਰੁਪਏ ਮੈਂ ਠੀਕ ਹੋ ਜਾ ਗਈ ਕਹਿੰਦਾ 500 ਰੁਪਏ ਕੀ ਖਰਚੂ 500 ਰੁਪਏ ਜਾਟਣੀ ਆ ਗਈ ਉਹ ਕਹਿੰਦੀ ਇਹ ਜੀ ਇਹ ਵਰਲਡ ਵਾਰ ਕਿਆ ਹੋਵੇ ਕਹਿ ਜੋ ਤੇਰੇ ਔਰ ਮੇਰੇ ਵਿੱਚ ਹੋਵੇ ਇਸੇ ਬੜਕਰ ਨਾ ਹੋਵੇ ਦੋਨੋਂ ਦਿਲ ਗਏ ਸੀ ਮੈਰਿਜ ਹੋਈ ਤੇ ਕਪਲ ਡਾਂਸ ਹੋ ਰਿਹਾ ਸੀ ਨਾਲ ਬਿਲੂ ਵੱਜ ਰਿਹਾ ਸੀ ਹਰ ਹਸਬੈਂਡ ਆਪਣੀ ਵਾਈਫ ਦੀ ਕਮਰ ਦੇ ਹੱਥ ਪਾ ਕੇ ਡਾਂਸ ਕਰ ਰਹੇ ਤੇ ਕਹਿੰਦੀ ਸ਼ਰਮਾ ਤੁਸੀਂ ਡਾਂਸ ਕਰ ਲਓ ਤਾਂ ਆਪਾਂ ਨੂੰ ਸ਼ਰਮ ਆਉਂਦੀ ਕਹਿੰਦੀ ਮੈਂ ਭਜਾ ਕੇ ਲਿਆ ਸੀ ਵਿਆਹ ਕਿਆ ਕਹਿੰਦੀ ਇਹ ਉਹਨਾਂ ਦੀ ਕਮਰਾਂ ਪਤਲੀਆਂ ਤੇਰੀ ਮੋਟੀ ਹੈ ਤੇ ਮੇਰੇ ਹੱਥ ਮੈਂ ਕਮਰ ਤੋਂ ਆਵੇ ਕਮਰ ਹੋਣਾ ਸਟੋਪ